ਸ਼੍ਰੀ ਗੁਰੂ ਰਾਮਦਾਸ ਸਪੋਰਟਸ ਐਂਡ ਕਲਚਰ ਕਲੱਬ ਰਜਿਸਟਰਡ ਵੱਲੋਂ ਸਮੂਹ ਗ੍ਰਾਮ ਪੰਚਾਇਤ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਜਥੇਦਾਰ ਜਸਵੰਤ ਸਿੰਘ ਬੜੈਚ, ਸੇਵਾ ਸਿੰਘ ਬੜੈਚ, ਬਲਜੀਤ ਸਿੰਘ ਦੀ ਯਾਦ ਵਿੱਚ ਪਿੰਡ ਸੈਦੋਵਾਲ ਵਿਖੇ 16ਵਾਂ ਕਬੱਡੀ ਦਾ ਮਹਾਕੁੰਭ ਕਰਵਾਇਆ ਗਿਆ। ਪ੍ਰਵਾਸੀ ਭਾਰਤੀ ਅਮਰੀਕ ਸਿੰਘ ਯੂਕੇ ਦੀ ਅਗਵਾਈ ਹੇਠ ਕਰਵਾਏ ਗਏ ਕਬੱਡੀ ਕੱਪ ਵਿੱਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ 5ਵੇਂ ਮੁਕਾਬਲੇ ਦੇਖਣ ਨੂੰ ਮਿਲੇ। ਕਬੱਡੀ ਦਾ ਫਾਈਨਲ ਮੁਕਾਬਲਾ ਬਾਬਾ ਸੁਖਚੈਨਾ ਦਾ ਸਪੋਰਟਸ ਕਲੱਬ ਸ਼ਾਹਕੋਟ ਅਤੇ ਰਾਇਲ ਕਿੰਗ USA ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਰਾਇਲ ਕਿੰਗ USA ਦੀ ਟੀਮ ਨੇ ਜਿੱਤ ਦਰਜ ਕੀਤੀ। ਜੇਤੂ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਉਪ ਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਬੈਸਟ ਰੇਡਰ ਦੇ ਤੌਰ 'ਤੇ ਰਿੰਕੂ ਹਰਿਆਣੇ ਨੇ 13 ਸਫਲ ਰੇਡਾਂ ਪਾ ਕੇ ਆਲਟੋ ਕਾਰ ਜਿੱਤੀ ਅਤੇ ਨਾਲ ਹੀ ਰਿੰਕੂ ਨੇ ਸੈਮੀਫਾਈਨਲ ਮੈਚ ਵਿੱਚ ਵੀ ਮੋਟਰਸਾਈਕਲ ਜਿੱਤਿਆ। ਦੂਜੇ ਪਾਸੇ ਇੰਦਰਜੀਤ ਕਲਸੀਆ ਨੇ 12 ਕੋਸ਼ਿਸ਼ਾਂ ਵਿੱਚ 4 ਜੱਫੇ ਲਗਾ ਕੇ ਬੈਸਟ ਜਾਫੀ ਦੇ ਰੂਪ ਵਿੱਚ ਆਲਟੋ ਕਾਰ ਜਿੱਤੀ ਹੈ। ਇਸ ਦੌਰਾਨ ਵਾਲੀਬਾਲ ਅਤੇ ਬਜਨੀ ਕਬੱਡੀ ਵਿੱਚ ਸੈਦੋਵਾਲ ਦੀ ਟੀਮ ਦਾ ਪੂਰਾ ਦਬਦਬਾ ਦੇਖਣ ਨੂੰ ਮਿਲਿਆ। ਅੱਜ 16ਵਾਂ ਕਬੱਡੀ ਦਾ ਖੇਡ ਮੇਲਾ ਜੋ ਕਿ ਪਿੰਡ ਸੈਦੋਵਾਲ ਵਿੱਚ ਹੋ ਰਿਹਾ ਹੈ, ਤੁਸੀਂ ਦੇਖ ਰਹੇ ਹਾਂ ਕਿ ਸੰਗਤਾਂ ਹੁੰਮ ਹੁੰਮ ਆ ਕੇ ਇੱਥੇ ਪਹੁੰਚੀਆਂ ਹਨ। ਇਹ ਕਬੱਡੀ ਦਾ ਮਹਾਂਕੁੰਭ ਅਸੀਂ ਹਰ ਸਾਲ ਬੜੇ ਵੱਡੇ ਵੱਡੇ ਪੱਧਰ 'ਤੇ ਕਰਾ ਰਹੇ ਹਾਂ। ਅੱਜ ਖਿਡਾਰੀ ਜਿਹੜੇ ਆ ਇੰਟਰਨੈਸ਼ਨਲ ਪਲੇਅਰ ਵੱਡੇ ਵੱਡੇ ਪਲੇਅਰ ਸਾਰੇ ਇੱਥੇ ਪਹੁੰਚੇ ਆ। ਜਿਹੜਾ ਪਹਿਲਾ ਇਨਾਮ ਹੈ ਅਸੀਂ 2 ਲੱਖ ਰੁਪਇਆ ਇਨਾਮ ਦੇ ਰਹੇ ਹਾਂ, ਨਾਲ ਹੀ ਆਲਟੋ ਗੱਡੀ ਜਿਹੜਾ ਬੈਸਟ ਰੇਡਰ ਨਿਕਲੂਗਾ, ਬੈਸਟ ਓਪਨ ਨਿਕਲੂਗਾ, ਉਹਨੂੰ ਆਲਟੋ ਗੱਡੀ ਦੇ ਨਾਲ ਸਨਮਾਨਿਤ ਕੀਤਾ ਜਾਊਗਾ। ਸੋ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਜੋ ਨਸ਼ਿਆਂ ਵਿੱਚ ਫਸੀ ਜਾ ਰਹੀ ਆ, ਕੋਈ ਟੀਕੇ ਲਾਉਂਦਾ, ਕੋਈ ਸਮੈਕ ਕਰਦਾ ਵਾ, ਸੋ ਸਾਡਾ ਇਹ ਉਪਰਾਲਾ ਕਿ ਹਰ ਇੱਕ ਬੱਚਾ ਜਿਹੜਾ ਆ ਉਹ ਕਬੱਡੀ ਨਾਲ ਜੁੜੇ ਔਰ ਮਾਂ ਖੇਡ ਨਾਲ ਜੁੜੇ। ਬਹੁਤ ਟਾਈਮ ਪਹਿਲਾਂ ਸ਼ੁਰੂ ਕੀਤਾ ਸੀਗਾ, ਹੁਣ ਬਹੁਤ ਹਾਈ ਫਾਈ ਹੋ ਗਿਆ ਪੂਰੇ ਦੁਆਬੇ ਏਰੀਏ ਦੇ ਵਿੱਚ, ਅਤੇ ਅਸੀਂ ਵੀ ਆਉਂਦੇ ਹਾਂ ਸਾਰੇ ਜਿੱਦਾਂ ਰਲ ਮਿਲ ਕੇ ਕਰਵਾਉਂਦੇ ਹਾਂ। ਪਿੰਡ ਦਾ ਵੀ ਸਹਿਯੋਗ ਆ, ਕਾਫੀ ਇਲਾਕੇ ਦਾ ਵੀ ਸਹਿਯੋਗ ਆ, ਹੈ ਨਾ। ਅਤੇ ਇਹ ਸਾਲ ਪ੍ਰਾਈਜ਼ ਜ਼ਿਆਦਾ ਹੋ ਗਿਆ, ਗੱਡੀਆਂ ਹੋ ਗਈਆਂ ਆ, ਸੈਮੀਫਾਈਨਲ ਦੇ ਵਿੱਚ ਵੀ ਮੋਟਰਸਾਈਕਲ ਹੋ ਗਏ ਆ, ਬਾਕੀ ਹੋਰ ਵੀ ਪੈਸੇ ਹੋਰ ਸਾਡੇ ਫਰੰਟ ਸਰਕਲ ਜਿੰਨੇ ਬਾਹਰੋਂ ਆਏ ਹੋਏ ਆ ਮੁੰਡੇ ਉਹ ਵੀ ਪਹੁੰਚੇ ਆ। ਸੈਦੋਵਾਲ ਕਬੱਡੀ ਕਲੱਬ ਤੋਂ ਇਸ ਲੋਕਾਂ ਨੂੰ ਸਿੱਖਿਆ ਦੇਣੀ ਚਾਹੁੰਦਾ ਕਿ ਲੋਕ ਨਸ਼ਿਆਂ ਤੋਂ ਦੂਰ ਰਹਿਣ, ਅਸੀਂ ਉਹਨਾਂ ਦੀ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਾਂਗੇ। ਇਹ ਸਾਡੇ ਸੈਦੋਵਾਲ ਨਿਵਾਸੀ ਲਗਨ ਵਾਸੀਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਣ, ਕਬੱਡੀ ਟੂਰਨਾਮੈਂਟ 'ਤੇ ਲੈ ਕੇ ਜਾਣ, ਉਹਨਾਂ ਨੂੰ ਕਬੱਡੀ ਵੱਧ ਤੋਂ ਵੱਧ ਦਿਖਾਉਣ। ਥੈਂਕ ਯੂ। ਅਸੀਂ ਅੱਜ ਤੋਂ 15 ਸਾਲ ਪਹਿਲਾਂ ਦੇ ਕਬੱਡੀ ਦੇ ਨਾਲ ਜੁੜੇ ਹੋਏ ਹਾਂ। ਅਸੀਂ ਮੈਂ ਬਹੁਤ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਬਹੁਤ ਖਿਡਾਰੀਆਂ ਨੂੰ ਪਿਆਰ ਦੇ ਨਾਲ ਮਿਲਦਾ ਹਰੇਕ ਦੇ ਨੂੰ, ਕਿਉਂਕਿ 16ਵਾਂ ਕਬੱਡੀ ਕੱਪ ਜੋ ਮਹਾਕੁੰਭ ਇਲਾਕੇ ਦੇ ਵਿੱਚ ਜਾਣੀ ਕਿ ਬਹੁਤ ਵਧੀਆ, ਪਰਮਾਤਮਾ ਨੇ ਵੀ ਕਿਰਪਾ ਕੀਤੀ। ਬੱਦਲਬਾਜ਼ੀ ਬਹੁਤ ਸੀ ਪਰ ਡਰ ਲੱਗਦਾ ਸੀ, ਪਰ ਪਰਮਾਤਮਾ ਨੇ ਇਹ ਕੱਪ ਨੂੰ ਸਫਲ ਕੀਤਾ। ਅਤੇ ਇਸ ਦੇ ਵਿੱਚ ਜਿਹੜਾ ਸੰਯੋਗ ਹੈਗਾ NRI ਵੀਰਾਂ ਦਾ, ਸਰਦਾਰ ਸੇਵਾ ਸਿੰਘ ਦੀ ਯਾਦ ਦੇ ਵਿੱਚ, ਉਹਨਾਂ ਦੇ ਸਪੁੱਤਰ ਸਰਦਾਰ ਅਮਰੀਕ ਸਿੰਘ ਅਤੇ ਕੁਲਦੀਪ ਸਿੰਘ USA ਤੋਂ, ਸਾਡਾ ਵੀਰ ਸੋਢੀ ਭਾਜੀ ਅਤੇ ਸਾਰੇ ਜਿਹੜੇ NRI ਵੀਰ ਇੱਥੇ ਪੁੱਜੇ ਆ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਾਸਤੇ ਬਹੁਤ ਵਧੀਆ ਵਿਕਾਸ ਵੀ ਕੀਤਾ। ਕਪੂਰਥਲਾ ਤੋਂ ਜਾਗਰਤੀ ਲਹਿਰ ਦੇ ਲਈ ਇੰਦਰਜੀਤ ਸਿੰਘ ਚਾਹਲ ਦੀ ਰਿਪੋਰਟ।